ਪਉ ਜੀਐਸਐਸ ਤ੍ਰੂਪਰਲਾਪ ਜਪਿਓ ਹਰਜੈਸੇ ਦੀਨ ਦੇਵਾਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਭੀੜੇ ਰਹਾਉ ਜਾਣ ਤਸਪਾਵੈ ਤਾਂ ਹੁਕਮ ਮੰਨਾਵੇ ਇਸ ਬੇਰੀਏ ਕੋ ਪਾਰ ਲੰਘਾ ਹੋਵੇ ਗੁਰਪ੍ਰਸਾਦ ਐਸੀ ਬੁੱਧ ਸਮਾਨੀ ਚੁੱਕ ਗਈ ਫਿਰ ਆਉਣ ਜਾਣੀ ਕਹੋ ਕਬੀਰ ਪਜਸਾਰਿੰਗ ਪਾਨੀ ਪਰਵਾਰ ਪਾਰ ਸਭ ਇੱਕੋ ਦਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸواری ਸਾਧ ਸੰਗਤ ਜੀਓ ਭਗਤ ਜੀ ਦਾ ਉਚਾਰਨ ਕੀਤਾ ਇਹ ਸ਼ਬਦ ਪੜ ਰਹੇ ਭਗਤ ਜੀ ਪ੍ਰੇਰਣਾ ਕਰਦੇ ਨੇ ਭਾਈ ਹਰ ਵੇਲੇ ਅਰਦਾਸ ਕਰਿਆ ਕਰੋ ਹਰ ਵੇਲੇ ਪਰਮਾਤਮਾ ਕੋਲੋਂ ਇਹ ਮੰਗ ਮੰਗਿਆ ਕਰੋ ਹੇ ਵਾਹਿਗੁਰੂ ਕਿ ਤੂੰ ਸਾਨੂੰ ਇਹ ਮਨੁੱਖਾ ਜੀਵਨ ਬਖਸ਼ਿਆ ਫਿਰ ਸਾਡੇ ਤੇ ਕਿਰਪਾ ਕਰ ਸਾਨੂੰ ਆਪਣੇ ਨਾਮ ਜਪਣ ਦੀ ਸਮਰੱਥਾ ਦੇ ਹੁਣ ਗੱਲ ਅਸਲ ਵਿੱਚ ਇਹ ਹੈ ਕਿ ਵੱਖ-ਵੱਖ ਟੀਕੇ ਕਾਰਨ ਬਹੁਤਿਆਂ ਨੇ ਤੇ ਰਾਮ ਜਪੋ ਕਿਹਾ ਵੀ ਜਪਣਾ ਕਰ ਪਰ ਪ੍ਰਿੰਸੀਪਲ ਸਾਇਬ ਸਿੰਘੀ ਕਹਿੰਦੇ ਨੇ ਇਹ ਮੰਗ ਮੰਗਿਆ ਕਰੋ ਹੀ ਮੰਗ ਮੰਗਿਆ ਕਰ ਦੀਨ ਦਇਆਲ ਪਰ ਉਸ ਤੇਰੇ ਕਿਤਨੀ ਨਿਮਰਤਾ ਨਾ ਦੀਨ ਦਇਆਲ ਇਹ ਪਰਮਾਤਮਾ ਦਾ ਇੱਕ ਸਿਫਾਤੀ ਨਾਮ ਹੈ ਜਿਹਦਾ ਮਤਲਬ ਹੈ ਦੀਨਾਂ ਉੱਤੇ ਦਇਆ ਕਰਨ ਵਾਲਾ ਬਾਣੀ ਵਿੱਚ ਬੇਅੰਤ ਵਾਰੀ ਉਸ ਪਰਮਾਤਮਾ ਨੂੰ ਦੀਨ ਦਇਆਲ ਕੇ अगर रविदास जी भी कहें हम सर दीन दयाल न तुम सर अब पतियार क्या कीजे कलगिया वाले पातशाह कहते दीन न की प्रतपाल कर नित संत्यो बार गनी मनगारे पछ पशु नगनाग नरहद ਸਰਬ ਸਮੇ ਸਭ ਕੋ ਪ੍ਰਤਪਾਰੈ ਭੋਖਤ ਹੈ ਜਲ ਮੇ ਥਲ ਮੇ ਪਲ ਮੇ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਦ ਤੋਖਣ ਦੇਖਤ ਹੈ ਪਰ ਦੇਤ ਨ ਹਾਰੈ ਹੈ ਕੋਈ ਐਸਾ ਦਿਆਲੂ ਸਾਧ ਸੰਗਤ ਅਬਲਤ ਅਸੀਂ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਜੇ ਪਰਮਾਤਮਾ ਦੇ ਦਿੱਤੇ ਹੋਏ ਵਿੱਚੋਂ ਕੁਝ ਦੇ ਦਈਏ ਤੇ ਜਿਹਨੂੰ ਦਈਏ ਉਹ ਸਾਡਾ ਸ਼ੁਕਰੀਆ ਨਾ ਕਰੇ ਥੈਂਕ ਯੂ ਨਾ ਕਰੇ ਦੋ ਚਾਰ 10 ਬੰਦਿਆਂ ਵਿੱਚ ਸਾਡੀ ਪ੍ਰਸ਼ੰਸਾ ਨਾ ਕਰੇ ਅਸੀਂ ਨਰਾਜ ਹੋ ਜਾਂਦੇ ਅਸੀਂ ਇਹਨਾਂ ਕਲੂਨਾ ਹੈ ਸਾਡੇ ਕਰ ਤੂੰ ਬੜਾ ਨਾ ਸ਼ੁਕਰਾਂ ਤੂੰ ਬੜਾ ਅਕਿਰਤ ਕਰ ਆਤਮਾ ਰੂ ਆਪਣੇ ਅੰਦਰ ਕੀ ਅਸੀਨਾ ਸ਼ੁਕਰੇ ਨਹੀਂ ਜਿਹੜਾ ਪਰਮਾਤਮਾ ਸਾਨੂੰ ਦਿਨ ਰਾਤ ਦਿੰਦਾ ਅਸੀਂ ਕਦੇ ਸ਼ੁਕਰ ਕਰਦੇ ਗੁਰਬਾਣੀ ਗੁਰੂ ਜੀ ਤੇ ਹੁਣ ਕਹਿੰਦੇ ਨੇ ਪਿਆਰਿਓ ਉਹਦਾ ਸ਼ੁਕਰ ਕਰਿਆ ਕਰੋ ਜਿਸ ਪਰਮਾਤਮਾ ਨੇ ਆ ਸਭ ਕੁਝ ਤੁਹਾਨੂੰ ਦਿੱਤਾ ਜੇ ਪ੍ਰਸਾਦ ਬਸ ਸਤਿ ਕੁ ਮੰਦਰ ਤੇ ਸੇ ਧਾਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਕੁਚ ਬਸਣਾ ਆਠ ਪੈਰ ਸਿਮਰੋ ਤੇ ਸਿਰ ਰਸਨਾ ਮੱਦੇ ਹਮੇਸ਼ਾ ਕਰਨ ਪਿਆਰਿਓ ਜਦੋਂ ਪਿਆਸ ਲੱਗੀ ਤੇ ਸਾਨੂੰ ਕੋਈ ਪਾਣੀ ਦਾ ਗਲਾਸ ਪਿਲਾਵੇ ਅਸੀਂ ਕੀ ਕਰਦੇ ਹਾਂ ਸਹਿਜੇ ਸਾਡੇ ਅੰਦਰੋਂ ਨਿਕਲਦਾ ਹੈ ਥੈਂਕ ਯੂ ਜੀ ਸ਼ੁਕਰੀਆ ਜੀ ਜੇ ਸਾਨੂੰ ਭੁੱਲਿਆਂ ਨੂੰ ਕੋਈ ਰਸਤਾ ਦੱਸ ਤੇ ਵੇਸੀ ਕੀ ਕਹਨੇ ਧੰਨਵਾਦ ਜੀ ਤੁਸੀਂ ਸਾਨੂੰ ਰਸਤਾ ਦੱਸਿਆ ਉਹ ਵਈ ਪਰਮਾਤਮਾ ਦਾ ਸ਼ੁਕਰਾਨਾ ਵੀ ਕਰੀਏ ਗੁਰਦੇਵ ਤੇ ਸਾਨੂੰ ਰੋਜ਼ ਸਮਝਾਉਂਦੇ ਦੇਨਹਾਰ ਪ੍ਰਭ ਛੋੜ ਕੇ ਲੱਗੇ ਅਨੁਸਵਾਏ ਨਾਨਕ ਕਹੂੰ ਨ ਸੀ ਜਈ ਬਿਨ ਨਾਮੇ ਪਤ ਜਾਏ ਯਾਦ ਰੱਖੋ ਉਸ ਦੇਣ ਵਾਲੇ ਨੂੰ ਭੁੱਲ ਕੇ ਅਸੀਂ ਲੋਕਾਂ ਦੀ ਖੁਸ਼ਾਮਦਾਂ ਕਰਦੇ ਲੋਕਾਂ ਦੇ ਜੁੱਤੀਆਂ ਦੇ ਤਲਵੇ ਚੱਟਣ ਲਈ ਤਿਆਰ ਹੋ ਜਾਂਦੇ ਹਾਂ ਪਰ ਉਹ ਪਰਮਾਤਮਾ ਜਿਹੜਾ ਸਭ ਜੀਆਂ ਨੂੰ ਦਿੰਦਾ ਉਹਦੇ ਤੋਂ ਵੱਧ ਦਿਆਲੂ ਕੌਣ ਹੋ ਸਕਦਾ ਸਾਰੀ ਗੁਰਬਾਣੀ ਪੜ ਕੇ ਦੇਖੋ ਕਹੋ ਮੇਰਾ ਵਾਹਿਗੁਰੂ ਇਤਨਾ ਦਿਆਲੂ ਹੈ ਉਸ ਦਾਤੇ ਕੋਲੋਂ ਹਮੇਸ਼ਾ ਮੰਗਿਆ ਕਰੋ ਤੇ ਮੰਗਿਆ ਕਰੋ ਦੀਨ ਦਿਆਲ ਪਰੋਸੇ ਤੇਰੇ हे ਦੀਨਾ ਤੇ ਦਇਆ ਕਰਨ ਵਾਲੇ ਵਾਹਿਗੁਰੂ ਤੇਰੇ ਪਰੋਸੇ ਤੇ ਤੇਰੇ ਅਸਰੇ ਨਾਲ ਤੇਰੀ ਟੇਕ ਲੈ ਕੇ ਸਭ ਪਰਿਵਾਰ ਚੜਾਇਆ ਭੇੜੇ ਦੇਖੋ ਪਰਿਵਾਰ ਧੀਆਂ ਪੁੱਤਰ ਮਾਤਾ ਪਿਤਾ ਵੀ ਹਨ ਪਰ ਸਾਡਾ ਪਰਿਵਾਰ ਇਹ ਸਾਡੇ ਸਰੀਰਕ ਇੰਦਰੇ ਜਿਨ੍ਹਾਂ ਵਿੱਚ ਪੰਜ ਕਰਮ ਇੰਦਰੇ ਹਨ ਪੰਜ ਗਿਆਨ ਇੰਦਰੇ ਇਹਨਾਂ ਸਾਰਿਆਂ ਨੂੰ ਜੋੜ ਕੇ ਉਹਦਾ ਸ਼ੁਕਰਾਨਾ ਕਰਿਆ ਕਰੋ ਹਰੇਕੀ ਚੀਜ਼ ਦੀ ਕੀਮਤ ਤੇ ਉਦੋਂ ਪਤਾ ਲੱਗਦੀ ਜਦੋਂ ਕੋਈ ਚੀਜ਼ ਨਾ ਮਿਲੇ ਪਰਮਾਤਮਾ ਨਾ ਕਰੇ ਕਿਸੇ ਦੀ ਅੱਖ ਚਲੀ ਜਾਏ ਤੇ ਕਿਸੇ ਕੀਮਤ ਨਾਲ ਤੁਸੀਂ ਬਾਜ਼ਾਰੋਂ ਅੱਖ ਲੈ ਸਕਦੇ ਹੋ ਕੋਈ ਅੰਗ ਚਲਾ ਜਾਏ ਤੁਸੀਂ ਅੱਖ ਨੂੰ ਮੇਰੇ ਕੋਲ ਲੱਖਾਂ ਰੁਪਏ ਲੈ ਲਓ ਮੈਨੂੰ ਇਹ ਅੰਗ ਦੇ ਦੇ ਸਕਦੇ ਤੇ ਪਰਮਾਤਮਾ ਨੇ ਕੋਈ ਲਿਆ ਸਾਡੇ ਕੋਲੋਂ ਬੁੱਲ ਇਸ ਲਈ ਇਹ ਜੋ ਕੁਝ ਵੀ ਬਖਸ਼ਿਆ ਉਸ ਪ੍ਰਮਾਤਮਾ ਨੇ ਮਿਲਿਆ ਜੇ ਸਦੀ ਹਮੇਸ਼ਾ ਅਰਦਾਸ ਕਰੋ دینदयाल ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੀ ਅਸੀਂ ਇਹਨਾਂ ਸਾਰੇ ਕਰਮ ਇੰਦਰੀਆਂ ਗਿਆਨ ਇੰਦਰੀਆਂ ਨੂੰ ਜੋੜ ਕੇ ਤੇਰੇ ਨਾਮ ਵਿੱਚ ਜੋੜਿਆ ਤੇ ਫਿਰ ਐਵੇਂ ਦਿਖਾਵਾ ਨਾ ਕਰਿਆ ਕਰੋ ਭਗਤ ਜੀ ਕਹਿੰਦੇ ਨੇ ਐਵੇਂ ਗਿਣਤੀ ਮਣਤੀ ਦੀਆਂ ਮਾਲਾ ਨਾ ਫੇਰਿਆ ਕਰੋ ਅਸੀਂ ਗਿਣਤੀ ਮਣਤੀ ਦੀਆਂ ਮਾਲਾ ਵਿੱਚ ਵਿਸ਼ਵਾਸ ਰੱਖਦੇ ਹਾਂ ਬਾਬੇ ਵੀ ਕਹਿੰਦੇ ਨੇ ਇਨੀਆਂ ਮਾਲਾ ਫੇਰੋ ਫਿਰ ਸਾਡੇ ਕੋਲ ਆ ਕੇ ਅਰਦਾਸ ਕਰੋ ਉਹ ਭਲੇ ਉਹ ਲੋਕ ਕੋਈ ਕੈਸਾ ਕੋਜਾ ਵਪਾਰ ਹੋ ਰਿਹਾ ਜਿਹੜਾ ਮਾਲਾ ਫੇਰੇਗਾ ਉਹ ਅਰਦਾਸ ਨਹੀਂ ਕਰਤਾ ਕਿਸੇ ਵਿਚੋਲੇ ਦੀ ਵਿਚਨੌੜ ਹੈ ਆਹ ਪਰਦਾਸ ਗੁਰਬਾਣੀ ਗੁਰੂ ਜੀ ਤੇ ਕਹਿ ਆਪਰਦਾਸ ਕਰੋ ਆਪ ਸ਼ੁਕਰਾਨਾ ਕਰੋ ਤੇ ਨਾਮ ਵੀ ਦਿਖਾਵੇ ਨਹੀਂ ਨਾ ਜਪਿਆ ਕਰੋ ਕਬੀਰ ਜੀ ਦੀ ਬਾਣੀ ਪੜ੍ਹ ਕੇ ਦੇਖੋ ਕਬੀਰ ਜੀ ਕਹਿੰਦੇ ਨੇ ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ ਹਰਦੇ ਰਾਮ ਨਚਿ ਤਈ ਏ ਜਪਨੀ ਕਿਆ ਹੋਏ ਕਈਆਂ ਨੇ ਗਲਚ ਮਾਲਾ ਪਾਈ ਹੁੰਦੀ ਐ ਇੱਕ ਹੱਥ ਚ ਮਾਲਾ ਪਾਈ ਹੁੰਦੀ ਕਈਆਂ ਨੇ ਦੋ ਦੋ ਹੱਥਾਂ ਚ ਪਾਈਆਂ ਕੀ ਦੱਸਣ ਲਈ ਮੈਂ ਬੜੀ ਮਾਲਾ ਫੇਰਦਾ ਇਹ ਦਿਖਾਵਾ ਹੈ ਕਬੀਰ ਜੀ ਕਹਿੰਦੇ ਨੇ ਕਬੀਰ ਜਪਨੀ ਕਾਠ ਕੀ ਕਿਆ ਦਿਖਣਾ ਮਹਿਲ ਹੋਏ ਕੀ ਲੋਕਾਂ ਨੂੰ ਦਿਖਾਵਾ ਕਰਦੋ ਹਿਰਦੇ ਰਾਮ ਨੂੰ ਚੇਤਈ ਇਹ ਜਪਣੀ ਕੀ ਹੋਏ ਇਹ ਮੜਾ ਕੀ ਕਰੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਖਿਆ ਹਰ ਬਿੜੇ ਰਸਨਾ ਤੋਂ ਰਾਮ ਜਪ ਫਿਰ ਜਾਤ ਰਸੀ ਆਖਿਆ ਇਹ ਅਰਦਾਸ ਕਰੋ हे ਵਾਹਿਗੁਰੂ ਮੇਰੇ ਤੇ ਕਿਰਪਾ ਕਰੋ ਮੈਂ ਰਾਮ ਤੇ ਜਪਾਂ ਪਰ ਐਸਾ ਜਪਾਂ ਕੈਸਾ राम जपों जी ऐसे ऐसे हे मेरी ये जिंद राम जपो हूँ कई प्रेमी इस जपो कह जपो जपना करो चलो आपसे बहस भैस में बैसा नहीं करो पर जे परमात्मा के अरदास करी मेरे ते मेहर करो राम जपो ਜੀ ਐਸ ਐਸ ਇਹ ਮੇਰੀ ਜਿੰਦੇ ਇਸ ਤਰ੍ਹਾਂ ਰਾਮ ਜਪ ਤથા ਮੈਂ ਇਸ ਤਰ੍ਹਾਂ ਰਾਮ ਜਪਨਾ ਕਰਾਂ ਕਿਵੇਂ ਧਰੂਪ ਰੇਲਾਦ ਜਪਿਓ ਹਰ ਜੈਸੇ ਹੁਣ ਦੋ ਪੰਕਤਾਂ ਦਾ ਹਵਾਲਾ ਦਿੱਤਾ ਹੁਣ ਸਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਹੀ ਨਹੀਂ ਤਰੂਜੀ ਦੀ ਗਾਥਾ ਦਾ ਪਤਾ ਹੀ ਨਹੀਂ ਪ੍ਰਹਲਾਦ ਜੀ ਦੀ ਗਾਥਾ ਦਾ ਪਤਾ ਹੀ ਨਹੀਂ ਭਾਵੇਂ ਗੁਰਬਾਣੀ ਵਿੱਚ ਤਰੂ ਜੀ ਦਾ ਪ੍ਰਹਲਾਦ ਜੀ ਦਾ ਬਾਰ ਬਾਰ ਜ਼ਿਕਰ ਆਇਆ ਭਾਈ ਐਂ ਜਪਣਾ ਕਰੀ ਜਿਵੇਂ ਤਰੂ ਜੀ ਨੇ ਜਪਿਆ ਜਿਵੇਂ ਪ੍ਰਹਲਾਦ ਨੇ ਜਪਿਆ ਪ੍ਰਹਲਾਦ ਦੇ ਦਦੇ ਨੂੰ ਸਿਆਰੀ ਹੈ ਪ੍ਰਹਲਾਦ ਨਹੀਂ ਜਪਿਆ ਹੁਣ ਜੇ ਸੀ ਇਹਨਾਂ ਦੀ ਸਾਖੀ ਨਾ ਪੜੀਏ ਸਾਨੂੰ ਕੀ ਪਤਾ ਲੱਗੇਗਾ ਇਹਨਾਂ ਨੇ ਕਿਵੇਂ ਚੱਪਿਆ ਭਾਈ ਗੁਰਦਾਸ ਜੀ ਨੇ ਲਿਖਿਆ ਤਰੋ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜੋ ਠਾ ਲਿਆ ਮਨ ਵਿਚ ਰੋਸ ਮਤ ਰਹੀ ਕੀਤਾ ਹੁਣ ਕਹਾਣੀ ਜਾਣਨੀ ਪਵੇਗੀ ਰਾਧਾ ਉਤਾਨ ਪਾਛੀ ਜਿਹਦੇ ਦੋ ਵਿਆਹ ਸਨ ਇੱਕ ਰਾਣੀ ਵਿੱਚੋਂ ਸੀਤ ਰੂਤ ਇੱਕ ਵਿੱਚੋਂ ਸੀ ਉਤਮ ਉਤਮ ਦੀ ਮਾਤਾ ਨਾਲ ਰਾਜਾ ਉਤਨਪਾ ਜਿਆਦਾ ਪਿਆਰ ਕਰਦਾ ਸੀ ਤਰੂ ਦੀ ਮਾਤਾ ਨੂੰ ਉਹਨਾਂ ਸਤਕਾਰ ਨਹੀਂ ਦਿੰਦਾ ਸੀ ਹੋਇਆ ਕਿ ਪੰਜਾਂ ਸਾਲਾਂ ਦਾ ਤਰੂ ਬਾਹਰੋਂ ਖੇਡਦਾ ਖੇਡਦਾ ਆਇਆ ਤੇ ਆਪਣੇ ਪਿਤਾ ਦੀ ਗੋਦ ਵਿੱਚ ਆ ਕੇ ਬੈ ਗਿਆ ਕੋਈ ਗੁਨਾਹ ਤੇ ਨਹੀਂ ਸੀ ਕੋਈ ਗਲਤੀ ਤੇ ਨਹੀਂ ਸੀ ਪੁੱਤਰ ਬਹਿ ਜਾਂਦਾ ਹੈ ਪਿਤਾ ਕੋ ਪਰ ਜਦੋਂ ਦਰੋਹੀ ਮਤਰਈ ਮਾਂ ਨੇ ਵੇਖੇ ਤੇ ਉਹ برداشت ਨਾ ਕਰ ਸਕੇ ਉਹਨੇ ਰਾਜੇ ਦੀ ਗੋਦ ਵਿੱਚੋਂ ਤਰੂ ਨੂੰ ਬਾਹੋਂ ਫੜ ਕੇ ਕੱਢ ਦਿੱਤਾ ਦੱਸੋ ਇੱਕ ਪਿਓ ਦੀ ਗੋਦ ਵਿੱਚੋਂ ਪੁੱਤਰ ਨੂੰ ਕੋਈ ਕੱਢਦਾ ਇਦੂ ਵੱਧ ਹੋਰ ਜ਼ਿਆਤੀ ਅਠੇਸ ਕੀ ਉਸ ਤੋ ਸਾਨੂੰ ਪੜਨਾ ਪਵੇਗਾ ਤਰੂਵਸਦਾ ਕਰ ਆਇਆ ਕਰ ਪਿਆਰ ਪਿਓ ਪੁਛੜ ਕੁਛੜ ਲੀਤਾ ਬਾਹੋਂ ਪਕੜਿ ਉਠਾਲ ਲਿਆ ਮਨ ਵਿੱਚ ਰੋਸ ਮਤਰੇ ਹੀ ਕੀਤਾ ਹੁਣ ਜਦੋਂ ਪਿਓ ਦੀ ਗੋਦੀ ਝੁਕੜਦਾ ਤੇ ਕਿੱਥੇ ਜਾਵੇ ਕਹਿੰਦੇ ਡੋਨ ਲਿਖਾ ਮਾਂ ਪੁੱਛੇ ਤੂੰ ਸੁਆਣੀ ਹੈ ਕੇਸਰੀਤਾ ਤਰੂ ਰੋਣ ਹਾਕਾ ਹੋ ਕੇ ਆਪਣੀ ਮਾਂ ਕੋਲ ਗਈ ਮਾਂ ਤੂੰ ਇਸ ਰਾਦੇ ਦੀ ਰਾਣੀ ਹੈ ਜਾਂ ਇਸ ਦੀ ਗੋਲੀ ਹੈ ਮਾਂ ਸਮਝ ਗਈ ਮਾਂ ਦੇ ਹਿਰਦੇ ਨੂੰ ਠੇਸ ਤੇ ਬੜੀ ਲੱਗੀ ਡੱਡੋਂ ਲਿਖਾ ਮਾਂ ਪੁੱਛੇ ਤੂੰ ਸੁਆਣੀ ਹੈ ਕੇਸਰੀਤਾ ਸੁਆਣੀ ਆ ਮੈਂ ਜਨਮ ਦੀ ਨਾਮ ਨ ਭਗਤੀ ਕਰਮ ਦ੍ਰੜੀਤਾ ਆਖਿਆ ਪੁੱਤਰ ਹੈ ਤੇ ਮੈਂ ਸਿਲਾਜੇ ਦੀ ਰਾਣੀ ਆ ਪਰ ਮੈਂ ਪਿਛਲੇ ਜਨਮ ਵਿੱਚ ਭਗਤੀ ਨਹੀਂ ਕੀਤੀ ਨਾਮ ਨਹੀਂ ਜਪਿਆ ਇਸ ਕਰਕੇ ਅਜ ਤੇਰਾ ਤੇ ਮੇਰਾ ਅਨਾਦਰ ਹੋ ਰਿਹਾ ਐਨੀ ਗੱਲ ਸੁਣ ਕੇ ਤਰੁ ਨੂੰ ਸਮਝਾਈ ਮਾਂ ਅੱਜ ਜਿਸ ਬਿਦਾਦੀ ਗੋਦ ਵਿੱਚ ਮੈਨੂੰ ਬੈਠਣ ਦਾ ਅਧਿਕਾਰ ਨਹੀਂ ਕੱਲ ਨੂੰ ਇਹਦੇ ਰਾਜ ਭਾਗ ਵਿੱਚੋਂ ਮੈਨੂੰ ਕੀ ਮਿਲੇਗਾ ਇਹ ਅਗਲਾ ਸਵਾਲ ਸੀ ਬੱਚਿਆਂ ਦੇ ਮਨ ਬੜੇ ਕੋਮਲ ਹੁੰਦੇ ਨੇ ਕੋਮਲ ਮਨ ਨੂੰ ਛੱਟ ਵੀ ਛੇਤੀ ਲੱਗਦੀ ਪਰ ਮਾਂ ਨੇ ਧੀਰਜ ਦਿੱਤਾ ਹੁਣ ਤੂੰ ਪੁੱਛਦਾ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਅੰਦਾ ਮਾ ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਮੈਨੂੰ ਆਪਣੇ ਪਿਤਾ ਦੇ ਰਾਜ ਵਿੱਚ ਹੱਕ ਮਿਲੇ ਉਹ ਕਿਹੜਾ ਤਰੀਕਾ ਹੈ ਜਿਹਦੇ ਨਾਲ ਦੁਸ਼ਮਣ ਵੀ ਮਿੱਤਰ ਬਣ ਜਾ ਮਾਂ ਬੜੀ ਸ਼ੈਣੀ ਸੀ ਆਖਰੰਗੀ ਪੁੱਤਰ ਪਰਮੇਸ਼ਰ ਆਰਾ ਦੀਏ ਜਿੱਦੋਂ ਹੋਈਏ ਪਤਿਤ ਪੁਨੀਤਾ ਆਖਿਆ ਰੱਬ ਦਾ ਸਿਮਰਨ ਕਰੀ ਰੱਬ ਜਿਹੜਾ ਉਹ ਬੜਾ ਧਿਆਲੂ ਐਨੀ ਗੱਲ ਸੁਣਦਿਆਂ ਸਾਹ 50 ਸਾਲਾਂ ਦਾ ਤਰੂ ਜੰਗਲ ਵਾਲ ਤੁਰ ਪਿਆ ਮਾਂ ਦੇ ਮੂੰਹ ਇਹ ਗੱਲ ਸੁਣ ਕੇ ਪਰਮੇਸ਼ਰ ਯਾਰਾ ਦੀਏ ਜਿੱਦੋਂ ਹੋਈਏ ਪਤਿਤ ਪੁਨੀਤਾ ਬਾਹਰ ਚਲਿਆ ਕਰਨ ਤਪ ਮਨ ਬੇਰਾਗੀ ਹੋਏ ਅਤੀਤਾ ਨਾਰਦ ਮਨੁ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ ਕਹਿੰਦੇ ਨੇ ਜਦੋਂ ਰਾਜੇ ਨੂੰ ਪਤਾ ਲੱਗਾ ਉਹਨੇ ਆਪਣੇ ਵਜ਼ੀਰ ਨੂੰ ਭੇਜਿਆ ਹੈ ਤਰੂ ਜੰਗਲ ਨੂੰ ਚਲਾ ਗਿਆ ਉਹਨੂੰ ਲਿਆਓ ਵਾਪਸ ਉਹਨੂੰ ਅੱਖੋਂ ਮੈਂ ਹੁਣੇ ਰਾਜ ਦੰਦਾ ਤਰੂ ਨੇ ਅਖਿਆ ਨਹੀਂ ਛੋਟੇ ਹੁੰਦਿਆਂ ਧਾਰਨਾ ਸੁਣਿਆ ਕਰਦੇ ਸੀ ਰਾਜ ਲੈਣਾ ਸੱਚਖੰਡ ਦਾ ਮਨੂ ਝੂਠੇ ਰਾਜ ਦੀ ਲੋੜ ਨਾ ਕਾਇ ਫਿਰ ਤਰੂ ਨੇ ਉਹ ਪਦਵੀ ਪ੍ਰਾਪਤ ਕੀਤੀ ਐਵੇਂ ਪ੍ਰਹਲਾਦ ਦੀ ਗਾਥਾ ਤੋਂ ਸਾਸ ਨੂੰ ਸਮਾ ਬੜਾ ਸੀਮਤ ਹੁੰਦਾ ਸਾਨੂੰ ਮਸਾਲਾ ਦੇ ਕੇ ਸਮਝਾਇਆ ਜੇ ਸਿਮਰਨ ਕਰਨਾ ਤੇ ਇਉਂ ਕਰੋ ਰਾਮ ਜਪੂ ਜੀਐ ਤੇ ਐਸੀ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੇ ਫਿਰ ਰੋਜ਼ ਅਰਦਾਸ ਕਰਿਆ ਕਰੋ ਦੀਨ ਦਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਪ੍ਰਹਿਲਾਦ ਦਾ ਵੀ ਥੋੜਾ ਜ਼ਿਕਰ ਕਰਨਾ ਜ਼ਰੂਰੀ ਹੈ ਹਰਨਾਕਸ਼ ਦਾ ਪੁੱਤਰ ਸੀ ਪ੍ਰਹਿਲਾਦ ਕਹਿੰਦੇ ਨੇ ਹਰਨਾਕਸ਼ ਨੇ ਬੜੀ ਤਪੱਸਿਆ ਕਰਕੇ ਸ਼ਿਵਜੀ ਕੋਲੋਂ ਬੜੇ ਵਰ ਲੈ ਲੈ। ਤੇ ਵਰ ਲੈ ਕੇ ਅਹੰਕਾਰੀ ਹੋ ਗਏ। ਆਪਣੇ ਰਾਜ ਵਿੱਚ ਹੁਕਮ ਕਰ ਦਿੱਤਾ। ਮੇਰੇ ਨਾਮ ਤੋਂ ਬਿਨਾਂ ਕਿਸੇ ਨੇ ਹੋਰ ਸਿਮਰਨ ਨਹੀਂ ਕਰਨਾ। ਜਲੇ ਹਰ ਨਾਖ ਥਲੇ ਹਰ ਨਾਖ ਹੈ ਵੀਰ ਨਾਖ ਹੋਤੀ ਵੀਰ ਨਾ। ਕੋਈ 라ਮ ਦਾ ਨਾਮ ਨਹੀਂ ਲਵੇ। ਚੁਕੋ ਨ ਵਰ ਲੈ ਲੈਸੇ। ना मैं धरती से मरा ना समान च मरा ना मैं अंदर मरा ना मैं बाहर मरा ना मैं दिने मरा ना मैं राती मरा ना मैनू कोई बंदा मारे ना मैनू कोई जानवर मारे हंकारी हो गए परमात्मा ने ऐसी खेड बनाई फिर घर हर नाखश दहत दे कलर कल कबल भगत प्रहलाद पढ़न पठाया चार साल ਪੰਦੇ ਕਿਤ ਹੋਆ ਐਲਾ ਮਨ ਵਿੱਚ ਸਿਮਰੇ RAM ਨਾਮ ਗਾਵੇ ਸ਼ਬਦ ਅਨਾਹਦ ਨਾਦ ਭਗਤ ਕਰਨ ਸਭ ਚਾਟੜੇ ਪੰਦੇ ਹੋਏ ਰਹੇ ਬਿਸਮਾਤ ਜਦੋਂ ਕਹਿੰਦੇ ਨੇ ਪਿਤਾ ਨੂੰ ਪਤਾ ਲੱਗਾ ਮੇਰਾ ਪੁੱਤਰ RAM RAM ਜਪਦਾ ਬੜੇ ਗੁੱਸੇ ਵਿੱਚ ਆਏ ਪੰਧਿਆਂ ਨੇ ਡਰਦਿਆਂ ਆਪ ਵੀ ਜਾ ਕੇ ਕਹਿਤਾ ਰਾਜਨ ਕਹਨੂੰ ਸਾਨੂੰ ਦੋਸ਼ ਨਾ ਦਿਆ ਜਾਏ ਤੁਹਾਡਾ ਪਿਤ ਪੁੱਤਰ ਤੁਹਾਡਾ ਹੁਕਮ ਨਹੀਂ ਮੰਨਦਾ ਉਹ ਰਾਮ ਰਾਮ ਜਪਦਾ ਔਰ ਆਪ ਹੀ ਨਹੀਂ ਜਪਦਾ ਸਾਰੇ ਵਿਦਿਆਰਥੀਆਂ ਨੂੰ ਉਹਨੇ ਬਗੜ ਦਿੱਤਾ ਪ੍ਰਹਿਲਾਦ ਆਪ ਵਿਗੜਿਆ ਸਭ ਚਟੜੇ ਬਗਾੜੇ ਤੇ ਹੰਕਾਰੀ ਹਰ ਨਕਸ਼ ਨੇ ਪ੍ਰਹ라ਦ ਨੂੰ ਬੁਲਾ ਕੇ ਕੱਢ ਖੜਗ ਸਦ ਪੁੱਛਿਆ ਕੌਣ ਤੇਰਾ ਹੈ ਉਸਤਾਦ ਨੰਗੀ ਕਿਰਪਾਨ ਕਢ ਲਈ ਦੱਸ ਤੇਰਾ ਉਸਤਾਦ ਕੌਣ ਹੈ ਤੈਨੂੰ RAM ਨਾਮ ਦਾ ਕ੍ਰਿਸ਼ਨ ਸਿਮਰਨ ਕਰਾਇਆ ਰੋਜ਼ ਅਸੀਂ ਪੜਦੇ ਹਰ ਜੁਗ ਜੁਗ ਭਗਤਿਓ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਰਾਮ ਰਾਜ ਬੜੀ ਲੰਬੀ ਸਾਖੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਜਗ੍ਹਾ ਇਸ ਦਾ ਜ਼ਿਕਰ ਹੈ ਤੋ ਅਰਦਾਸ ਕਰੋ ਹੈ ਵਾਹਿਗੁਰੂ ਸਾਡੇ ਤੇ ਐਸੀ ਕਿਰਪਾ ਕਰੋ ਰਾਮ ਜਪੋਂ ਜੀਏ ਤੇ ਐਤੇ ਤਰੁ ਪ੍ਰਹਿਲਾਦ ਜਪਿਓ ਹਰ ਜੈਸੀ ਧੀਨ ਬਿਆਲ ਭਰੋਸੇ ਤੇ ਤੇਰੇ ਸਭ ਪਰਿਵਾਰ ਚੜਾਇਆ ਵੇਹੜੇ 라ਉ ਜਾਂਤ ਸੁਭਾਵੇ ਤਾਂ ਹੁਕਮ ਬਣਾਵੇ ਜਦੋਂ ਦੀ ਹਜ਼ੂਰੀ ਵਿੱਚ ਸਾਡੀ ਅਰਦਾਸ ਸੁਣੀ ਗਈ ਜਦੋਂ ਉਸ ਨੂੰ ਸਾਡੀ ਅਰਦਾਸ ਪਰਵਾਨ ਹੋ ਗਈ ਫਿਰ ਉਹ ਇਹਨਾਂ ਸਾਰੇ ਇੰਦਰੀਆਂ ਨੂੰ ਹੁਕਮ ਬਣਾਵੇ ਇਸ ਪਾਸੇ ਲਾ ਦੇ ਤੇ ਜਦੋਂ ਇਹ ਸਾਰੇ ਇੰਦਰੇ ਸਾਡੀਆਂ ਅੱਖਾਂ ਕੰਨ ਨੱਕ ਮੂੰਹ ਸਾਰੇ ਉਦੇ ਸਿਮਰਨ ਵਿੱਚ ਜੁੜ ਗਏ ਇਸ ਬੇੜੇ ਕੋ પાર ਲੰਘਾਵੇ ਫਿਰ ਇਸ ਬੇੜੇ ਨੂੰ ਇਸ ਜੀਵਨ ਰੂਪੀ ਬੇੜੇ ਨੂੰ ਸੰਸਾਰ ਸਮੁੰਦਰ ਤੋਂ ਪਰਮਾਤਮਾ પાર ਲੰਘਾ ਦੇ ਗੁਰਪ੍ਰਸਾਦ ਐਸੀ ਬੁੱਧ ਸਮਾਨੀ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰ ਭਾਈ ਗੁਰੂ ਤੇਗ ਬਹਾਦਰ ਹੁਣ ਗੁਰੂ ਦੀ ਕਿਰਪਾ ਲੈਣ ਲਈ ਗੁਰੂ ਦੀ ਆਗਿਆ ਮੰਨਣੀ ਪਵੇ ਤਾਂ ਹੀ ਗੁਰੂ ਰਾਮਦਾਸ ਜੀ ਬਾਰ-ਬਾਰ ਕਹਿੰਦੇ ਹਨ ਹੰਕਾਰੀ ਨਾ ਬਣੋ ਚਤਰ ਨਾ ਬਣੋ ਚਲਾਕ ਨਾ ਬਣੋ ਅਰਦਾਸ ਕਰਿਆ ਕਰੋ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਕਿਉ ਚਰ ਲੈ ਗੁਰ ਚਰਲੀ ਸਤਿਗੁਰ ਦਇਆ ਕਰੇ ਸੁਖ ਦਤਾ ਹਮ ਲਾਵੇ ਆਪਨ ਪਾਲੀ ਗੁਰਸ਼ਕ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਜਿਹੜਾ ਵੀ ਗੁਰੂ ਦੀ ਆਗਿਆ ਮੰਨੇਗਾ ਫਿਰ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ ਉਹਨਾਂ ਤੇ ਗੁਰੂ ਦੀ ਕਿਰਪਾ ਹੋ ਜਾਏ ਕਿਸ ਕਿਸ ਤੇ ਨਹੀਂ ਹੋਈ ਕਿਸ ਕਿਸ ਦੀ ਮਿਸਾਲ ਦਿੱਤੀ ਜਾਏ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਮੰਨਿਆ ਉਹਨਾਂ ਦੀ ਬੁੱਧੀ ਵਿੱਚ ਇਹ ਗੱਲ ਸਮਾ ਗਈ ਤੇ ਚੂਕ ਗਈ ਫਿਰ ਆਉਣ ਜਾਣੀ ਉਹ ਫਿਰ ਪ੍ਰਮਾਤਮਾ ਦੇ ਸਿਮਰਨ ਵਿੱਚ ਲੱਗ ਗਏ ਤੇ ਜਿਹੜੇ ਸਿਮਰਨ ਵਿੱਚ ਲੱਗ ਗਏ ਉਹਨਾਂ ਦਾ ਆਉਣ ਜਾਣਾ ਮੁੱਕ ਗਿਆ ਸਿਮਰਨ ਕਰਦੇ ਕਰਦੇ ਜਿਉਂ ਜਲਮੈ ਜਲ ਆਏ ਖਟਾਨਾ ਜਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਾਵਨ ਪਾਏ ਬਿਸਲਾਮ ਨਾਨਕ ਪ੍ਰਭ ਕੈ ਸਦ ਕੁਰਬਾਨ ਅਖੀਰ ਵਿੱਚ ਭਗਤ ਜੀ ਕਹਿੰਦੇ ਕਹੋ ਕਬੀਰ ਭਜ ਸਰੰਗ ਪਾਨੀ ਓਰ ਵਾਰ ਪਾਰ ਸਵੇ ਕੋ ਦਾਨੀ ਕਬੀਰ ਜੀ ਕਹਿੰਦੇ ਭਾਈ ਆਪਣੇ ਮਨ ਨੂੰ ਸਮਝਾਓ ਭਜ ਸਰੰਗ ਪਾਨੀ ਓ ਪਰਮਾਤਮਾ ਜਿਸ ਦੇ ਹੱਥ ਵਿੱਚ ਤੀਰ ਕਮਾਨ ਤਨੁਸ਼ਬਾਨ ਹੈ ਜਿਹਨੂੰ ਸਰੰਗ ਪਾਨੀ ਵੀ ਕਹਿੰਦੇ ਉਹਦੇ ਨਾਮ ਤੇ ਅਨੇਕਾਂ ਪਰਉਨਾ ਵਿੱਚ ਇੱਕ ਨਾਮ ਸਰੰਗ ਪਾਨੀ ਉਹਨੂੰ ਭਜੋ ਯਾਦ ਕਰੋ ਸਿਮਰੋ ਤੇ ਉਰਵਾਰ ਪਾਰ ਸਵੇ ਕੋ ધਨ ਉਰਵਾਰ ਉਰਲੇ ਪਾਸੇ ਇਸ ਲੋਕ ਵਿੱਚ ਤੇ ਪਾਰ ਪਾਰਲੇ ਪਾਸੇ ਪਰਲੋਕ ਵਿੱਚ ਉਸੇ ਕੋ ਦਾ ਹੀ ਹੁਕਮ ਚੱਲਦਾ ਹੈ ਉਹ ਹੀ ਕੋਈ ਸਹਾਇਤਾ ਕਰ ਸਕਦਾ ਹੈ ਇਸੇ ਲਈ ਪਾਤਸ਼ਾਹ ਕਨੇ ਪਿਆਰਿਓ ਪ੍ਰਭੂ ਦਾ ਸਿਮਰਨ ਕਰਿਆ ਕੋ ਪ੍ਰਭੂ ਕੇ ਸਿਮਰਨ रिद्ध सिद्ध नो नीड प्रभु के सिमरन ज्ञान ध्यान तत्बुत् प्रभु के सिमरन जब तब पूजा प्रभु के सिमरन बिन सह दूजा एक वा गुरु का सिमरन करो ते इस तरह करो अरदास करया करो दीन दयाल परोसते तेरे सब परिवार छड़ाया भेड़े ਵਾਹ ਗੁਰਦੀਕਾ ਖਰਸਾ ਵਾਹ ਗੁਰਦੀਕੀ ਫਤ